ਜਿਸ ਦਿਨ ਇਸ ਫੌਜੀ ਨੇ ਛੁੱਟੀ ਤੇ ਆਪਣੇ ਪਿੰਡ ਆਉਣਾ ਸੀ, ਉਸ ਦਿਨ ਘਰ ਵਿੱਚ ਪਹੁੰਚਿਆ ਇਸ ਦਾ ਪਾਰਥਿਵ ਸਰੀਰ। ਡਿਊਟੀ ਦੌਰਾਨ ਇੱਕ ਪੰਜਾਬੀ ਫੌਜੀ ਹੋਇਆ ਸ਼ਹੀਦ। ਦੱਸਦੇ ਕਿ ਸੈਨਾ 'ਚ ਭਰਤੀ ਪੰਜਾਬ ਦਾ ਇੱਕ ਹੋਰ ਫੌਜੀ ਸ਼ਹੀਦ ਹੋ ਗਿਆ ਤੇ ਤਸਵੀਰਾਂ ਉਸਦੇ ਪਿੰਡ ਦੀਆਂ ਨੇ ਜਿੱਥੇ ਅੱਜ ਉਸਦਾ ਪਾਰਥਿਵ ਸਰੀਰ ਪਹੁੰਚਿਆ ਤੇ ਸੈਨਾ ਦੇ ਪੂਰੇ ਆਦਰ ਸਨਮਾਨ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਪੂਰੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਹੈ। ਦੱਸਦੇ ਕਿ 43 ਸਾਲਾਂ ਸ਼ਹੀਦ ਜਸਪਾਲ ਸਿੰਘ ਸੰਗਰੂਰ ਦੇ ਪਿੰਡ ਬਗਰੋਲ ਦੇ ਰਹਿਣ ਵਾਲੇ ਸੀ ਤੇ ਰਾਮਗੜ੍ਹ ਰਾਂਚੀ ਦੇ ਵਿੱਚ ਆਪਣੀ ਡਿਊਟੀ ਕਰ ਰਹੇ ਸੀ ਤੇ ਅੱਜ ਉਹਨਾਂ ਨੇ ਛੁੱਟੀ ਤੇ ਆਪਣੇ ਘਰ ਆਉਣਾ ਸੀ ਤੇ ਉਸੇ ਦਿਨ ਹੀ ਅੱਜ ਉਹਨਾਂ ਦਾ ਪਾਰਥਿਵ ਸਰੀਰ ਉਹਨਾਂ ਦੇ ਪਿੰਡ ਪਹੁੰਚਿਆ। ਜਸਪਾਲ ਸਿੰਘ 43 ਸਾਲਾਂ ਦੇ ਸਨ ਤੇ ਉਹਨਾਂ ਦੀ ਫੌਜ ਦੇ ਵਿੱਚ 23 ਸਾਲਾਂ ਦੀ ਨੌਕਰੀ ਹੋ ਚੁੱਕੀ ਸੀ ਤੇ ਉਹਨਾਂ ਦੇ ਦੋ ਬੱਚੇ, ਇੱਕ ਬੇਟਾ ਤੇ ਇੱਕ ਵੱਡੀ ਬੇਟੀ ਵੀ ਸੀ। ਫੌਜੀ ਜਸਪਾਲ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਜਾਂਦੀ ਹੈ। ਜਿਵੇਂ ਉਹਨਾਂ ਦੀ ਇਹ ਖਬਰ ਉਹਨਾਂ ਦੇ ਪਿੰਡ ਪਹੁੰਚਦੀ ਹੈ ਤਾਂ ਪੂਰੇ ਪਿੰਡ ਦੇ ਵਿੱਚ ਮਾਤਮ ਪਸਰ ਜਾਂਦਾ। ਪਿੰਡ ਦੇ ਲੋਕਾਂ ਅਤੇ ਫੌਜ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਜਾਂਦੀ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੇ ਲਈ ਬੇਹੱਦ ਮੰਦਭਾਗੀ ਖਬਰ ਹੈ ਤੇ ਬਹੁਤ ਵੱਡਾ ਘਾਟਾ ਜਿਹੜਾ ਪਿੰਡ ਅਤੇ ਪਰਿਵਾਰ ਨੂੰ ਪਿਆ। ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਸਾਡੇ ਪਿੰਡ ਦਾ ਹੋਣਹਾਰ ਲੜਕਾ ਸੀ ਜੋ ਕਿ ਪਿਛਲੇ 23 ਸਾਲਾਂ ਤੋਂ ਫੌਜ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ ਤੇ ਅੱਜ ਦੇ ਦਿਨ ਉਸਨੇ ਛੁੱਟੀ ਤੇ ਆਪਣੇ ਘਰ ਆਉਣਾ ਸੀ ਕਿਉਂਕਿ ਉਹਨਾਂ ਦੀ ਬੇਟੀ ਦਾ ਪੇਪਰ ਸੀ ਅਤੇ ਉਹਨਾਂ ਨੇ ਉਸਦੇ ਨਾਲ ਜਾਣਾ ਸੀ। ਪਰ ਇਸ ਤੋਂ ਪਹਿਲਾਂ ਹੀ ਇਹ ਬੁਰੀ ਖਬਰ ਘਰ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਉਹਨਾਂ ਦੀ ਬੇਟੀ ਆਈਲੈਟਸ ਦੀ ਤਿਆਰੀ ਕਰ ਰਹੀ ਹੈ ਤੇ ਉਹਨਾਂ ਦੀ ਡਿਊਟੀ ਰਾਮਗੜ੍ਹ ਰਾਂਚੀ ਦੇ ਵਿੱਚ ਸੀ ਜਿੱਥੇ ਉਹਨਾਂ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ। ਬਹੁਤ ਮਾੜਾ ਕੰਮ ਹੋਇਆ ਜੀ, ਸਾਨੂੰ ਤਾਂ ਪਰਸੋਂ ਪਤਾ ਲੱਗਿਆ ਜੀ ਰਾਤ ਨੂੰ ਵੀ ਐਂ ਕਰਕੇ ਹੋ ਗਿਆ। ਬਹੁਤ ਜ਼ਿਆਦਾ ਦੁੱਖ ਹੈ ਜੀ। ਕਦੋਂ ਦੇ ਭਰਤੀ ਹੋਏ, ਕੀ ਬੱਚੇ ਇਹਨਾਂ ਦੇ? ਭਰਤੀ ਤਕਰੀਬਨ 23 ਸਾਲ ਹੋ ਗਏ ਜੀ, 2000 'ਚ ਹੋਏ ਸੀਗੇ ਭਰਤੀ ਜੀ। ਬੱਚੇ ਮੁੰਡਾ ਗੁੱਡੀ ਹੈ ਜੀ, ਗੁੱਡੀ 16-17 ਸਾਲ ਦੀ ਹੈ ਜੀ, ਮੁੰਡਾ 12-13 ਸਾਲ ਦਾ ਜੀ। ਰਿਟਾਇਰਮੈਂਟ 'ਚ ਕਿੰਨੀ ਟਾਈਮ ਸਮਾਂ ਰਹੇਗਾ ਜੀ ਇਹਨਾਂ ਦਾ? ਰਿਟਾਇਰਮੈਂਟ 2026 'ਚ ਹੋਣੀ ਜੀ ਸਰ। ਪਹਿਲਾਂ ਤਾਂ ਬਹੁਤ ਹੀ ਮੱਧਭਾਗੀ ਘਟਨਾ ਜਿਹੜੀ ਸਾਡੇ ਨਗਰ ਨਾਲ ਵਾਪਰੀ ਹੈ, ਪਰਮਾਤਮਾ ਇਹੋ ਜਿਹੀ ਮੱਧਭਾਗੀ ਘਟਨਾ ਅੱਗੇ ਬਾਰੇ ਨਾ ਵਰਤਾਵੇ। ਸਾਡੇ ਬਹੁਤ ਹੀ ਹੋਣਹਾਰ ਸਾਡਾ ਛੋਟਾ ਵੀਰ ਹੌਲਦਾਰ ਜਸਪਾਲ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਅਤੇ ਬਹੁਤ ਹੀ ਚੰਗਾ ਸੁਭਾਅ ਸੀ। ਪਿੱਛੇ ਇੱਕ ਬੇਟਾ ਹੈ ਛੋਟਾ ਜਿਹਾ ਅਤੇ ਇੱਕ ਗੁੜੀਆ ਜੋ ਕਿ 18 ਸਾਲ ਦੀ ਹੈ ਅਤੇ ਮਾਤਾ ਪਿਤਾ ਨੇ ਅਤੇ ਉਹਨਾਂ ਦਾ ਬ੍ਰਦਰ ਹੈ ਆਪਣਾ ਛੋਟਾ ਉਹਨਾਂ ਤੋਂ ਜਿਹੜਾ ਕਿ ਉਹ ਪਿੱਛੇ ਛੱਡ ਕੇ ਪਰਮਾਤਮਾ ਨੂੰ ਦੇ ਚਰਨਾਂ ਦੇ ਵਿੱਚ ਜਾ ਬਿਰਾਜਮਾਨ ਹੋਏ ਨੇ ਅਤੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ, ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਹੁਕਮ ਬਖਸ਼ੇ। ਅਤੇ ਮੈਂ ਬਹੁਤ ਹੀ ਦੁੱਖਦਾਈ ਘਟਨਾ ਜੋ ਸਾਡੇ ਨਗਰ ਨਾਲ ਵਰਤੀ ਹੈ ਜੀ। ਕਿਹੜੀ ਯੂਨਿਟ ਦੇ ਵਿੱਚ ਕੰਮ ਕਰਦਾ ਸੀ, ਕਿੰਨੀ ਏਜ ਸੀ ਇਹਨਾਂ ਦੀ? ਤਕਰੀਬਨ 42 ਸਾਲ ਉਮਰ ਹੋ ਗਈ ਸੀ ਅਤੇ 23 ਸਾਲ ਸਰਵਿਸ ਸੀਗੀ ਜਸਪਾਲ ਸਿੰਘ ਦੀ ਜੀ। ਅਤੇ ਮਹਾਰ ਰੈਜੀਮੈਂਟ ਦੇ ਵਿੱਚ ਡਿਊਟੀ 'ਤੇ ਤੈਨਾਤ ਸੀਗੇ ਜੋ ਕਿ ਮੇਰੇ ਹਿਸਾਬ ਨਾਲ ਰਾਮਗੜ੍ਹ ਰਾਂਚੀ ਡਿਊਟੀ 'ਤੇ ਸੀਗੇ ਜੀ ਹੁਣ। ਹਾਂਜੀ, ਰਿਟਾਇਰਮੈਂਟ ਨੂੰ 1 ਸਾਲ ਹੀ ਰਹਿ ਗਿਆ ਸੀ ਅੱਜ ਦੇ ਦਿਨ। ਸਭ ਨੂੰ ਦੁੱਖਦਾਈ ਗੱਲ ਇਹ ਵੀ ਹੈ ਕਿ ਅੱਜ ਦੇ ਦਿਨ ਉਹਨਾਂ ਨੇ ਆਪਣੀ ਬੇਟੀ ਵਾਸਤੇ ਛੁੱਟੀ
ਅਪਲਾਈ ਕੀਤੀ ਸੀ, ਅੱਜ ਉਰੇ ਪਹੁੰਚਣਾ ਸੀਗਾ। ਉਹਨਾਂ ਦੀ ਬੇਟੀ ਦਾ ਇਗਜ਼ਾਮ ਸੀਗਾ, ਉਹਨਾਂ ਨੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀ ਛੁੱਟੀ ਅਪਲਾਈ ਕੀਤੀ ਸੀ ਕਿ ਮੈਂ ਆਪਣੀ ਬੇਟੀ ਦਾ ਇਗਜ਼ਾਮ ਦਿਵਾਉਣਾ। ਬੇਟੀ ਨੂੰ ਆਈਲੈਟਸ ਕਰਵਾਈ ਹੋਈ ਸੀ ਬੱਚੇ ਨੂੰ ਆਪਣੇ ਨੂੰ ਉਹਨਾਂ ਨੇ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਗੁਰਚੈਨ ਸਿੰਘ ਹੈ ਜੀ। ਕੀ ਕਹਿਣਾ ਚਾਹੁੰਦੇ ਜੀ ਜਿਹੜਾ ਜਸਪਾਲ ਸਿੰਘ ਸ਼ਹੀਦ ਹੋਇਆ ਤੁਹਾਡੇ ਪਿੰਡ ਦਾ ਨੌਜਵਾਨ ਫੌਜੀ? ਇਹ ਮੇਰੇ ਪਿੰਡ ਦਾ ਹੌਲਦਾਰ ਜਸਪਾਲ ਸਿੰਘ ਜੀ, ਬਹੁਤ ਮਿਲਣਸਾਰ ਇਨਸਾਨ ਸੀਗਾ, ਬਹੁਤ ਨੇਕ ਇਨਸਾਨ ਸੀ। ਅਤੇ ਇਹਨਾਂ ਨੇ ਹੁਣ ਰਿਟਾਇਰਮੈਂਟ ਵੀ ਹੋਣਾ ਸੀਗਾ, 23 ਸਾਲ ਸਰਵਿਸ ਸੀ ਇਹਨਾਂ ਦੀ, ਬਹੁਤ ਵਧੀਆ ਮਿਲਣਸਾਰ ਇਨਸਾਨ ਸੀ, ਬਹੁਤ ਵਧੀਆ ਸਰਵਿਸ ਚੱਲਦੀ ਸੀ। ਅਚਾਨਕ ਇੱਦਾਂ ਦਾ ਮਾੜਾ ਕੰਮ ਹੋਇਆ ਜੀ। ਕਿਵੇਂ ਘਟਨਾ ਵਾਪਰੀ ਹੈ ਜਿਹੜੀ? ਇਹ ਤਾਂ ਜੀ ਹੁਣ ਆਰਮੀ ਵਾਲੇ ਪੁਸ਼ਟੀ ਕਰਨਗੇ, ਉਹਨਾਂ ਦਾ ਤਾਂ ਉਹੀ ਦੱਸ ਸਕਦੇ ਜੀ। ਪਰਿਵਾਰ ਦੇ ਪਿੱਛੇ ਕੀ ਕੁਝ ਛੱਡ ਗਏ? ਪਰਿਵਾਰ ਦੇ ਇੱਕ ਬੇਟੀ ਹੈ ਜੀ, ਇੱਕ ਬੇਟਾ ਜੀ। ਕਿਹੜੀ ਮਤਲਬ ਰੈਜੀਮੈਂਟ 'ਚ ਕੰਮ ਕਰ ਰਹੇ? ਉਹ 9 ਮਹਾਰ 'ਚ ਕੰਮ ਕਰਦੇ ਸੀ ਰੈਜੀਮੈਂਟ ਜੀ, ਉਹਨਾਂ ਦੀ ਇਨਫੈਂਟਰੀ ਜੀ।